ਅੱਜ ਗੱਲ ਕਰਾਂਗੇ ਕੁਝ ਐਸੇ ਵੀ ਲੀਡਰ ਹੁੰਦੇ ਨੇ ਕੁਝ ਐਸੇ ਸਿਆਸਤਦਾਨ ਵੀ ਹੁੰਦੇ ਨੇ ਕੁਝ ਐਸੇ ਵਿਅਕਤੀ ਵੀ ਹੁੰਦੇ ਨੇ ਜੋ ਹਮੇਸ਼ਾ ਸੁਰਖੀਆਂ ਬਟੋਰਨ ਲਈ ਸਮਾਜ ਦੇ ਵਿੱਚ ਨਿਕਲਦੇ ਨੇ ਉਸ ਦੇ ਵਿੱਚ ਮੁੱਖ ਮੈਂ ਅੱਜ ਨਾਮ ਲਵਾਗਾ ਰਵਨੀਤ ਸਿੰਘ ਬਿੱਟੂ ਇੱਕ ਐਸਾ ਨਾਮ ਹੈ ਜੋ ਸੁਰਖੀਆਂ ਬਟੋਰਨ ਲਈ ਲੁਧਿਆਣਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਨਿੱਤਰਦੇ ਨੇ ਤੇ ਸੁਰਖੀਆਂ ਬਟੋਰ ਕੇ ਤੇ ਆਪਣੇ ਘਰਾਂ ਦੇ ਵਿੱਚ ਵਿਅਸਤ ਹੋ ਜਾਂਦੇ ਨੇ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਜਾਂਦੇ ਨੇ ਇਹ ਐਮਪੀ ਨੇ लुधियाना तो ते आज ਗੱਲ ਕਰਾਂਗੇ ਇਸ ਬਾਰੇ ਸਪਸ਼ਟ ਰੂਪ ਦੇ ਵਿੱਚ ਰਵਜੀਤ ਸਿੰਘ ਬਿੱਟੂ ਆਖਰ ਕੌਣ ਹੈ ਇਸ ਬਾਰੇ ਗੱਲਬਾਤ ਕੋ ਤੁਹਾਡੇ ਨਾਲ ਰੱਖਾਂਗੇ ਪਹਿਲਾਂ ਅਸੀਂ ਜੀਆਇਆ ਕਹਿ ਦਈਏ ਸੀਨੀਅਰ ਪਤਰਕਾਰ ਵਿਵੇਕ ਵਕਸ਼ੀ ਜੀ ਨੂੰ ਨਮਸਕਾਰ ਜੀਆਇਆ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਏ ਆ ਧੰਨਵਾਦ ਅੱਜ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇਖਦੇ ਹੋ ਰਵਨੀਤ ਸਿੰਘ ਬਿੱਟੂ ਅੱਜ ਕੱਲ ਗਲੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਕਿਵੇਂ ਦੇਖਦੇ ਹੋ ਬਰਸਾਤੀ ਡੱਡੂ ਬਿਲਕੁਲ بارشਾਂ ਦੇ ਦਿਨਾਂ ਵਿੱਚ ਅਕਸਰ ਤੁਸੀਂ ਦੇਖਦੇ ਹੋ ਛਪਣਾ ਚੋਂ ਇਧਰੋਂ ਉਧਰੋਂ ਕਾਫੀ ਜਗ੍ਹਾ ਤੋਂ ਨਿਕਲ ਕੇ ਵੱਡੇ ਵੱਡੇ ਡੱਡੂ ਗੜੈਂ ਗੜੈਂ ਕਰਦੇ ਆ ਜੀ ਹੁਣ 2023 ਜੀ ਕਾਉਂਸਲਰ ਦੇ ਇਲੈਕਸ਼ਨ ਆ ਰਹੇ ਆ ਬਿਲਕੁਲ ਔਰ ਫਿਰ ਉਸ ਤੋਂ ਬਾਅਦ ਐਮਪੀ ਦੇ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਆ ਜੰਨਾ ਥੋੜਾ ਜਿਹਾ ਰਵਨੀਤ ਸਿੰਘ ਬਿੱਟੂ ਹੈ ਕੌਣ ਰਵਨੀਤ ਸਿੰਘ ਬਿੱਟੂ ਅਗਰ ਆਪਾ ਉਹਨੂੰ ਕੱਲੇ ਨੂੰ ਦੇਖੀਏ ਬਿਲਕੁਲ ਤਾਂ ਸ਼ਾਇਦ ਉਹ ਇੱਕ ਤੁਹਾਡੇ ਮੇਰੇ ਵਰਗਾ ਇੱਕ ਇਨਸਾਨ ਹੈ ਸਿੰਪਲ ਜੀ ਹਾਂ ਉਹ ਕਾਂਗਰਸ ਦੀ ਸੀਟ ਤੋਂ ਤੀਸਰੀ ਵਾਰ ਐਮਪੀ ਬਣ ਰਹੇ ਆ ਬਣੇ ਆ ਜੀ ਉਹਦੇ ਪਿੱਛੇ ਉਹ ਬੈਨੀਫਿਟ ਲੈ ਰਹੇ ਆ ਆਪਣੇ ਦਾਦਾ ਬਿਆਨਤ ਸਿੰਘ ਦਾ ਬਿਲਕੁਲ ਬਿਆਨਤ ਸਿੰਘ ਸਾਡੇ ਪੰਜਾਬ ਦੇ ਮੁੱਖ ਮੰਤਰੀ ਰਹੇ ਜਿਨ੍ਹਾਂ ਨੂੰ ਟੈਰਰਿਸਮ ਦੇ ਜ਼ਮਾਨੇ ਵਿੱਚ ਬਿਲਕੁਲ ਉਹਨਾਂ ਦੀ ਕਾਰ ਨੂੰ ਟੈਰਰਿਸਟਾਂ ਨੇ ਹੂੰ ਵਿਉਂਤਬੰਦੀ ਨਾਲ ਉਡਾ ਦਿੱਤਾ ਜੀ ਤਾਂ ਸਰਦਾਰ ਬੈਂਤ ਸਿੰਘ ਦੇ ਚੀਥੜੇ ਚੀਥੜੇ ਹੋ ਗਏ ਹੂੰ ਔਰ ਰਵਨੀਤ ਸਿੰਘ ਬਿੱਟੂ ਖੁਦ ਇਹ ਗੱਲ ਮੰਨਦੇ ਆ ਜੀ ਕਿ ਮੈਂ ਇੱਕ ਸ਼ਹੀਦ ਪਰਿਵਾਰ ਦਾ ਬੱਚਾ ਮੇਰੇ ਦਾਦੇ ਦਾ ਚੀਥਣਾ ਚੀਥਣਾ ਉਡਾ ਦਿੱਤਾ ਗਿਆ ਜੀ ਸ਼ਹੀਦ ਪਰਿਵਾਰ ਦਾ ਬੱਚਾ ਹੈ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਇਹਦੇ ਨਾਲ-ਨਾਲ ਉਹਨਾਂ ਦਾ ਕੀ ਕੰਮ ਹੈ ਉਹਨਾਂ ਨੇ ਕੀ ਕਰਮ ਕੀਤਾ ਉਹਦੇ ਬਾਰੇ ਥੋੜਾ ਜਿਹਾ ਉਹਨਾਂ ਦਾ ਆਪਣਾ ਕੋਈ ਕਰਮ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਇੱਕ ਕਾਂਗਰਸ ਦੀ ਸੀਟ ਤੋਂ ਇਲੈਕਸ਼ਨ ਕਾਂਗਰਸ ਪਾਰਟੀ ਨੇ ਟਿਕਟ ਉਹਨਾਂ ਨੂੰ ਦਿੱਤਾ ਜੀ ਕਿਉਂ ਕਿਉਂਕਿ ਉਹਨਾਂ ਦੇ ਫਾਦਰ ਸ਼ਹੀਦ ਹੋਏ ਜੀ ਬਿਲਕੁਲ ਅਤਵਾਦੀਆਂ ਦੇ ਹੱਥੋਂ ਸ਼ਹੀਦ ਹੋਏ ਉਹ ਜੀ ਠੀਕ ਹੈ ਮੁੱਖ ਮੰਤਰੀ ਪੰਜਾਬ ਹੁੰਦੇ ਹੋਏ ਜੀ ਔਰ ਉਹਦਾ ਬੈਨੀਫਿਟ ਦਿੱਤਾ ਇਹਨਾਂ ਨੂੰ ਜੀ ਉਹਦੇ ਬੈਨੀਫਿਟ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਰਵਨੀਤ ਬਿੱਟੂ ਆਪਣੇ ਆਪ 'ਚ ਕੁਝ ਵੀ ਨਹੀਂ ਹੈ ਬਿਲਕੁਲ ਉਹ ਅਗਰ ਉਹ ਹੈ ਤਬ ਉਹ ਵਿਰਾਸਤ ਵਿੱਚ ਆਈ ਹੋਈ ਉਹਨਾਂ ਨੂੰ ਇੱਕ ਸਿਆਸਤ ਹੈ ਦੇਖੋ ਵਿਰਾਸਤ ਦੇ ਵਿੱਚ ਗੱਲ ਕੀਤੀ ਹੈ ਵਿਰਾਸਤ ਦੇ ਕਹਿੰਦੇ ਨੇ ਨਾ ਜਿਹੜੀ ਪਿਓ ਦਾਦੇ ਦੀ ਜਾਇਦਾਦ ਹੁੰਦੀ ਆ ਉਹਦੀ ਵੈਲਿਊ ਸ਼ਾਇਦ ਉਸ ਨੂੰ ਜਿਆਦਾ ਨਹੀਂ ਪਤਾ ਹੁੰਦੀ ਬਿਲਕੁਲ ਬਿਲਕੁਲ ਜਿਹੜੀ ਆਪ ਕਮਾਈ ਹੁੰਦੀ ਆ ਉਸ ਚੀਜ਼ ਦੀ ਅਹਿਮੀਅਤ ਉਸ ਇਨਸਾਨ ਨੂੰ ਪਤਾ ਹੁੰਦੀ ਆ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਅਹਿਮੀਅਤ ਪਤਾ ਹੈ ਜਾਂ ਨਹੀਂ ਅਹਿਮੀਅਤ ਮੈਂ ਤੁਹਾਨੂੰ ਦੱਸਦਾ ਵੀ ਅੱਜ ਕੱਲ ਆਪਾਂ ਦੇਖ ਹੀ ਰਹੇ ਆ ਹੂੰ ਕੇ ਮਾਰਕੀਟ ਦੇ ਵਿੱਚ ਹੁਣ ਨਿਕਲੇ ਆ ਪਿਛਲੇ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਨੇ ਖੱਡਾਂ ਦੇ ਵਿੱਚ ਜਾ ਕੇ ਟੋਰਚਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਜੀ ਕੁਝ ਗਟਰਾਲੀਆਂ ਨੰਗੀਆਂ ਨੇ ਜੀ ਇੱਥੋਂ ਰੇਤਾ ਲੈ ਕੇ ਨੰਗੀਆਂ ਜੀ ਇੱਥੇ ਸਮਗਲ ਹੋ ਰਿਆ ਰੇਤਾ ਜੀ ਜੀ ਠੀਕ ਹੈ ਨਾ ਕਿ ਮੁੱਖ ਕਾਰਨ ਕੀ ਸਮਝਦੇ ਹੋ ਕੌਂਸਲਰ ਇਲੈਕਸ਼ਨਾਂ ਕਿ ਐਮਪੀ ਦੀਆਂ ਇਲੈਕਸ਼ਨਾਂ ਨਹੀਂ ਬਿਲਕੁਲ ਸੰਪਰੀ ਜੀ ਪੋਲਿਟੀਸ਼ੀਅਨ ਜੀ ਮੈਂ ਤੁਹਾਨੂੰ ਪਹਿਲਾ ਵਰਡ ਯੂਜ਼ ਕੀਤਾ ਬਰਸਾਤੀ ਡੱਡੂ ਜੀ 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 ਠੀਕ ਹੈ ਜੀ ਇਹ ਲੋਕ ਜਿਹੜੇ ਹੁੰਦੇ ਆ ਨਾ ਹੂੰ ਇਨਾਂ ਨੇ ਪਬਲਿਕ ਤੋਂ ਇਹਨਾਂ ਦੀ ਆਪਣੀ ਕੁਝ ਦੇਣ ਨਹੀਂ ਹੈ ਬਿਲਕੁਲ ਮੈਂ ਪੁੱਛਦਾ ਰਵਨੀਤ ਬਿੱਟੂ ਨੂੰ ਕੀ ਰਵਨੀਤ ਬਿੱਟੂ ਦੱਸੇ ਪੰਜਾਬ ਨੂੰ ਕੀ ਦੇਣਾ ਬਿਲਕੁਲ ਲੁਧਿਆਣੇ ਤੋਂ ਦੋ ਇੱਕ ਵਾਰ ਅਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣੇ ਤੋਂ ਐਮਪੀ ਬਣ ਗਏ ਕੀ ਦੇਣਾ ਲੁਧਿਆਣੇ ਨੂੰ ਦੇਖੋ ਮੇਰਾ ਜਿੱ ਤੱਕ ਖਿਆਲ ਆ ਜੀ ਜਦੋਂ ਇਹਨੇ ਲੁਧਿਆਣੇ ਚ ਇਲੈਕਸ਼ਨ ਲੜਿਆ ਹੂੰ ਸਾਨੂੰ ਇਹ ਪਤਾ ਹੋਣਾ ਚਾਹੀਦਾ ਸੀ ਵੀ ਇਹ ਆਨੰਦਪੁਰ ਕਿਉਂ ਛੱਡ ਰਿਹਾ ਜੀ ਆਨੰਦਪੁਰ ਵੀ ਤਾਂ ਇਹਨੂੰ ਸੀਟ ਮਿਲੀ ਸੀ ਨਾ ਔਰ ਇਥੋਂ ਜਿੱਤਿਆ ਵੀ ਆ ਇੱਕ ਜਗ੍ਹਾ ਤੋਂ ਜਿੱਤਣ ਤੋਂ ਬਾਅਦ ਇਹ ਨਵੀਂ ਜਗ੍ਹਾ ਨੇ ਕਿਉਂ ਲੱਭੀ ਕੀ ਇਹਦਾ ਉੱਥੇ ਗਰਾਊਂਡ ਨਹੀਂ ਸੀ ਬਿਲਕੁਲ ਦੇਖੋ ਜੇ ਦਾ ਉੱਥੇ ਗਰਾਊਂਡ ਹੁੰਦਾ ਇਹਨੇ ਉੱਥੇ ਲੋਕਾਂ ਨਾਲ ਵਿਚਰਿਆ ਹੁੰਦਾ ਇਹ ਲੋਕਾਂ ਦੇ ਜਿਹੜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਇਹਨੂੰ ਹੱਥਾਂ ਤੇ ਚੱਕਣਾ ਸੀ ਤੁਹਾਡਾ ਕੀ ਕਹਿੰਦਾ ਮਤਲਬ ਆ ਕਿ ਜੇਕਰ ਰਵਨੀਤ ਸਿੰਘ ਬਿੱਟੂ ਹੁਣੀ ਕਿసే ਹੋਰ ਹਲ ਕੇ ਜਾਂਦੇ ਤਾਂ ਉਹਨਾਂ ਦਾ ਇੱਥੇ ਗਰਾਊਂਡ ਨਹੀਂ ਹੈ ਲੁਧਿਆਣਾ ਸ਼ਹਿਰ 'ਚ ਦੋ ਸਾਲਾਂ ਦੇ ਵਿੱਚ ਉਹਨੇ ਇੱਥੇ ਕੀ ਕੀਤਾ ਹੂੰ ਉਹ ਆਪਾਂ ਦੇਖ ਹੀ ਰਹੇ ਆ ਜੀ ਸੀਜ਼ਨਲ ਮੌਸਮ ਦੇ ਹਿਸਾਬ ਨਾਲ ਬਾਹਰ ਨਿਕਲੇ ਆ ਜੀ 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 ਕੋਰੋਨਾ ਦੇ ਦੌਰਾਨ ਇਹ ਬਾਹਰ ਨਹੀਂ ਆਏ ਜੀ ਠੀਕ ਆ ਬਿਲਕੁਲ ਔਰ ਫਿਰ ਧਰਨਾ ਲਾਤਾ ਟੋਲ ਤੇ ਜੀ ਔਰ ਉਹ ਕਿਦਾਂ ਚੱਕ ਲਿਆ ਧਰਨਾ ਬਿਲਕੁਲ ਜਦੋਂ ਕਿ ਉਹਨੇ ਕਿਹਾ ਸੀ ਕਿ ਮੈਂ ਟੋਲ ਚੁਕਾ ਕੇ ਟੋਲ ਖਤਮ ਕਰਾ ਕੇ ਚੱਕੂਗਾ ਉਹ ਟੋਲ ਕੀ ਧਰਨਾ ਕਿਵੇਂ ਚੱਕਿਆ ਗਿਆ ਠੀਕ ਹੈ ਨਾ ਬਿਲਕੁਲ ਅੱਜ ਆਪਾਂ ਕਹਿੰਦੇ ਰਵਨੀਤ ਐਮਪੀ ਨੂੰ 5 ਕਰੋੜ ਰੁਪਈਆ ਸਾਲਾਨਾ ਸੈਂਟਰ ਵੱਲੋਂ ਇਸ਼ੂ ਹੁੰਦਾ ਜੀ ਅਗਰ ਇਹ ਤੀਸਰੀ ਟਰਮ ਦੇ ਵਿੱਚ ਹੈ ਤਾਂ 75 ਕਰੋੜ ਹੋ ਗਿਆ ਜੀ 5 15 ਤੁਹਾਨੂੰ ਲੱਗਦਾ ਹੈ ਕਿ 75 ਕਰੋੜ ਦੀ ਅਮਾਉਂਟ ਕਿਤੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਮੈਂ ਉਹੀ ਤਾਂ ਪੁੱਛਦਾ ਦੱਸੇ ਤਾਂ ਸਹੀ ਰਵਨੀਤ ਬਿੱਟੂ ਹਮ ਸ਼ਹੀਦ ਪਰਿਵਾਰ ਦਾ ਬੇਟਾ ਹੋਣਾ ਮੈਂ ਸਲੂਟ ਕਰਦਾ ਉਹ ਸਰਦਾਰ ਬਿਆਨਤ ਸਿੰਘ ਨੂੰ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਸ਼ਹੀਦ ਸ਼ਰੀਰ ਤੱਕ ਕੁਰਬਾਨ ਕਰਤਾ ਬਿਲਕੁਲ ਲੇਕਿਨ ਦੂਸਰੇ ਪਾਸੇ ਅਗਰ ਅਸੀਂ ਆਪਣੇ ਦਾਦੇ ਦੀ ਵਿਸ਼ਹਾਦਤ ਨੂੰ ਕੈਸ਼ ਕਰਕੇ ਐਮਪੀ ਦੀ ਟਿਕਟ ਲੜ ਕੇ ਪਾਰਟੀਆਂ ਵੱਲੋਂ ਸਪੋਰਟ ਹੋ ਕੇ ਜਿੱਤ ਗਏ ਤੇ 75 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਈਸ਼ੂ ਕਰ ਰਹੀ ਹੈ। ਬਿਲਕੁਲ। ਔਰ ਅਸੀਂ ਉਹ ਕਿੱਥੇ ਲਾਇਆ? ਇਸ ਦੇ ਨਾਲ ਨਾਲ ਇੱਕ ਹੋਰ ਗੱਲ ਆ। ਰਵਨੀਤ ਸਿੰਘ ਬਿੱਟੂ ਬਿਆਨਬਾਜ਼ੀਆਂ ਨਾਲ ਬੜੀਆਂ ਸੁਰਖੀਆਂ ਬਟੋਰਦੇ ਨੇ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਰਸਾਤੀ ਡੱਡੂ ਇਲੈਕਸ਼ਨ ਆ ਗਏ ਤੇ ਕੌਂਸਲਰ ਦੇ ਆ ਗਏ ਉਸ ਤੋਂ ਬਾਅਦ 24 ਚੈਂਪੀਅਨ ਦੇ ਵੀ ਆ ਗਏ। ਜੀ ਠੀਕ ਹੈ ਨਾ ਔਰ ਕੁਝ ਲੋਕ ਹੁੰਦੇ ਆ ਵੀ ਯਾਰ ਹੁਣ ਥੋੜਾ ਜਿਹਾ ਸੀਜ਼ਨ ਆ ਗਿਆ। ਹੁਣ ਸਾਡਾ ਪਬਲਿਕ ਨੂੰ ਪਤਾ ਲੱਗ ਜਾਵੇ ਵੀ ਅਸੀਂ ਹੈਗੇ ਆਂ ਕਿ ਟੋਲ ਤੇ ਉੱਤੇ ਪਿਛਲੇ ਦਿਨੀ ਵੀ ਅੱਜ ਤੋਂ ਕਹਿ ਸਕਦੇ ਆਂ 4 ਸਾਲ ਪਹਿਲਾਂ ਵੀ ਜਦੋਂ ਵੋਟਾਂ ਸਿਗੀਆਂ ਉਦੋਂ ਟੋਲ ਤੇ ਬੈਠੇ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਮ ਤਾਂ ਉਹਨਾਂ ਨੇ ਕੀਤਾ ਉਹ ਕਹਿੰਦੇ ਕੰਮ ਕੀਤਾ ਮੈਂ ਕੀ ਕੰਮ ਕੀਤਾ ਕਹਿੰਦੇ ਟੋਲ ਤੇ ਬੈਘਿਆ ਮੈਂ ਯਾਰ ਬੈਠਣਾ ਬੈਠੇ ਤਾਂ ਤੁਸੀਂ ਵੀ ਬੈਠੇ ਹੋ ਬੈਠਾ ਤਾਂ ਮੈਂ ਵੀ ਬੈਠਾ ਆਂ ਦੁਨੀਆ ਬੈਠੀ ਆ ਯਾਰ ਕੰਮ ਬੋਲੇ ਫਿਰ ਤੁਸੀਂ ਉੱਠੇ ਕਿਉਂ ਤੁਸੀਂ ਤਾਂ ਕਹਿੰਦੇ ਸੀ ਮੈਂ ਟੋਲ ਖਤਮ ਕਰਾਏ ਬਿਨਾ ਉਠੂੰਗਾ ਜੀ ਰਵਨੀਤ ਬਿੱਟੂ ਦੀ ਇਹ ਵਾਰਡਿੰਗ ਸੀ ਕਿ ਮੈਂ ਟੋਲ ਖਤਮ ਕਰਾ ਦੇਣੇ ਆ ਰਸਤੇ 'ਚ ਟੋਲ ਸੜਕਾਂ ਖਰਾਬ ਨੇ ਹਲ ਤੱਕ ਸੜਕਾਂ ਨਹੀਂ ਬਣੀਆਂ ਟ੍ਰੈਫਿਕ ਜਾਮ ਹੁੰਦਾ ਲੋਕਾਂ ਨੂੰ ਡਿਸਟਰਬੈਂਸ ਆਂਦੀ ਆ ਜੀ ਹੁਣ ਵੀ ਉਹਨਾਂ ਨੇ ਬਿਆਨਬਾਜ਼ੀ 'ਚ ਇਹ ਕਿਹਾ ਹੈ ਕਿ ਟੋਲ ਬੰਦ ਕੀਤਾ ਜਾਊਗਾ ਰੋਡ ਖਰਾਬ ਨੇ ਹਾਂ ਇਹ ਹੁਣ ਹੀ ਕਿਉਂ ਕੀਤਾ ਜਾਊਗਾ ਉਦੋਂ ਜਦੋਂ ਬੈਠੇ ਸੀ ਉਦੋਂ ਕਿਉਂ ਨਹੀਂ ਬੰਦ ਕਰਾਇਆ ਗਿਆ ਪਰ ਸਾਤੀ ਡੱਡੂ ਆ ਸੀਜ਼ਨ ਦੇ ਮੁਤਾਬਿਕ ਨਿਕਲੇ ਆਇਆ ਇਹਨੇ ਜਦੋਂ ਇਲੈਕਸ਼ਨ ਖਤਮ ਹੋ ਗਏ ਹਾਰ ਹੋ ਗਈ ਜਾਂ ਜਿੱਤ ਹੋ ਗਈ ਇਹਨੇ ਉਸ ਤੋਂ ਬਾਅਦ ਫੇਰ ਵੜ ਜਾਣਾ ਖੁੱਡ 'ਚ ਜੀ ਸੋ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਰਵਨੀਤ ਸਿੰਘ ਬਿੱਟੂ ਔਰ ਅਰੋ ਕੀ ਰਵਨੀਤ ਬਿੱਟੂ ਨੂੰ ਮੇਰੇ ਵੱਲੋਂ ਤਾਂ ਮੈਂ ਅਗਰ ਸੋਚਣਾ ਤਾਂ ਉਹ ਇਹੀ ਅਪੀਲ ਆ ਕਿ ਅਗਰ ਸਾਨੂੰ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਦਾ ਸ਼ੌਕ ਹੈ ਅਗਰ ਚੈਨਲਾਂ ਤੇ ਅਸੀਂ ਆਪਣੀ ਕਵਰੇਜ ਕਰ ਵੀਡੀਓ ਤੇ ਔਰ ਫੋਟੋਗ੍ਰਾਫੀ ਟੀਵੀ ਤੇ ਚੱਲਣਾ ਸ਼ੌਕ ਹੈ ਜੀ ਜਾਂ ਸਾਨੂੰ ਹੋਰ ਕਿਸੇ ਦੀ ਜ਼ੁਬਾਨ ਤੇ ਕਿਸੇ ਦੀ ਫੇਸਬੁੱਕ ਤੇ ਇੰਸਟਾ ਤੇ ਆਉਣ ਦਾ ਸ਼ੌਕ ਹੈ ਤਾਂ ਹੋਰ ਬੜੇ ਕੰਮ ਨੇ ਬਿਲਕੁਲ ਸ਼ਿਵ ਸੈਨਾ ਜੁਆਇਨ ਕਰ ਲੋ ਤੁਹਾਡਾ ਲੈ ਆਈਡੀਆ ਵੀ ਬਿਆਸਤ ਹੈ Shiv Sena join ਕਰ ਲੋ ਹਾਂਜੀ ਠੀਕ ਹੈ ਨਾ ਕਿਉਂਕਿ ਬਿਆਨਬਾਜ਼ੀ ਉਹਨਾਂ ਦੀ ਰਿਲੇਟਿਡ ਹੀ ਹੁੰਦੀ ਹੈ ਜਿਆਦਾ ਦੇਖੋ ਹਾਂ ਅੱਜਕੱਲ ਦਾ ਤਤ ਤਤ ਮੁੱਦਾ ਹੈ Shiv Sena join ਕਰ ਲੋ ਤਤੇ ਠੰਡੇ ਬਿਆਨ ਦੇਈ ਚੱਲੋ ਫਿਰ ਸਿਕਿਉਰਟੀ ਮਿਲ ਗਈ Z ਸਿਕਿਉਰਟੀ ਮਿਲ ਗਈ ਜੀ ਨਾਲ ਜੈਕਟ ਮਿਲ ਗਈ ਜੀ ਨਾਲ ਗਨਮੈਨ ਤੁਰੇ ਹੋਏ ਆ ਇਹੀ ਅਸੀਂ ਚਾਹਨੇ ਆ ਇਹੀ ਚਾਹਨੇ ਇਸ ਦੇ ਨਾਲ ਜਿਹੜੇ ਪਬਲਿਕ ਹੈ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਦਾ ਕਿਉਂਕਿ ਪਬਲਿਕ ਹੀ ਚੁਣਦੀ ਹੈ ਇਹ ਜਿਉਂ ਨੇ ਮੈਨੂੰ ਨਗਰ ਪਬਲਿਕ ਇਨਾਂ ਦੇ ਪੋਲੀਟਿਸ਼ੀਅਨਸ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਉਹ ਪਬਲਿਕ ਦੇ ਅੰਦਰ ਜਾਗਰਤੀ ਹੋਵੇ ਅਸੀਂ ਕਹਿੰਦੇ ਅਸੀਂ ਕੀ ਲੈਣਾ ਠੀਕ ਹੈ ਫਿਰ ਤੁਸੀਂ ਵੋਟ ਪਾਣ ਗਏ ਤਾਂ ਵੀ ਠੀਕ ਹੈ ਨਹੀਂ ਗਏ ਅਗਲੇ ਨੇ ਜਾਲੀ ਪੁਗਤਾਲੀ ਤੁਹਾਡੀ ਵੋਟ ਅਗਲੇ ਦੇ ਫੇਵਰ ਚ ਚਲੀ ਗਈ ਮੌਜੂਦਾ ਜਿਹੜੀ ਰੂਲਿੰਗ ਪਾਰਟੀ ਆ ਅਗਲਾ ਜੋ ਮਰਜ਼ੀ ਕਰੀ ਜਾਵੇ ਜੀ ਬਿਲਕੁਲ ਸਾਨੂੰ ਹੁਣ ਸੁਚੇਤ ਹੋਣਾ ਪਵੇਗਾ ਕਿ 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 ਇਹੋ ਜੇ ਲੀਡਰ ਜਿਹੜੇ ਸਿਰਫ ਤੇ ਸਿਰਫ ਕਹਿ ਸਕਦੇ ਜਿਵੇਂ ਤੁਸੀਂ ਦੱਸਿਆ ਕਿ ਬਰਸਾਤੀ ਡੱਡੂ ਇਹਨਾਂ ਨੂੰ ਬਰਸਾਤੀ ਡੱਡੂ ਦਾ ਇਨਾਮ ਦਿੱਤਾ ਜਾ ਸਕਦਾ ਕਿਉਂਕਿ ਇਹਨਾਂ ਨੇ ਉਸ ਸਮੇਂ ਆਣਾ ਹੁੰਦਾ ਜਦੋਂ ਇਲੈਕਸ਼ਨ ਆ ਜਾਂਦੀਆਂ ਨੇ ਜਦੋਂ ਇਹਨਾਂ ਨੂੰ ਲੱਗਦਾ ਕਿ ਅਗਲੀ ਇਲੈਕਸ਼ਨ ਕਿਵੇਂ ਜਿੱਤਣੀ ਹੈ ਬਸ ਬਸ ਤੇ ਇਸ ਤਰ੍ਹਾਂ ਦੇ ਮੈਂ ਅਪੀਲ ਕਰਾਂਗੇ ਅਸੀਂ ਇਸ ਚੈਨਲ ਦੇ ਜ਼ਰੀਏ ਵੀ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਅਸੀਂ ਚਾਹਨੇ ਆ ਕਿ ਸਾਡੇ ਸਮਾਜ ਦਾ ਸਾਡੇ ਪੰਜਾਬ ਦਾ ਜਾਂ ਸਾਡੇ ਦੇਸ਼ ਦਾ ਸੁਧਾਰ ਹੋਵੇ ਤਾਂ ਸਾਡੇ ਨੁਮਾਇੰਦੇ ਚੁਣੇ ਹੋਏ ਚੰਗੇ ਹੋਣੇ ਚਾਹੀਦੇ ਨੇ ਜਿਹੜੇ ਸਾਡੇ ਨਾਲ ਪਤਾ ਹੋਵੇ ਕਿ ਦੋਖ ਸੁੱਖ ਦੇ ਵਿੱਚ ਇਹ ਖੜੇ ਹੋਣ ਅਗਲੀ ਅਪਡੇਟ ਜਲਦ ਹਾਜ਼ਰ ਕਰਾਂਗੇ ਹੁਣ ਲਈ ਦਿਓ ਜਾਇ ਪ੍ਰੀਤ ਦੁਗਰੀ ਦੇ ਨਾਲ ਵਿਵੇਕ ਵਕਸ਼ੀ ਦੀ ਖਾਸ ਕੋਟ ਧੰਨਵਾਦ ਦੋਸਤੋ